ਪਠਾਨਕੋਟ ਸ਼ਹਿਰ ਦੇ ਪਿੰਡ ਪਠਲਾਵਾ ਵਿੱਚ ਕੋਰੋਨਾ ਵਾਇਰਸ ਨਾਲ ਮਰਨ ਵਾਲੇ 70 ਸਾਲਾਂ ਦੇ ਵਿਅਕਤੀ ਬਲਦੇਵ ਸਿੰਘ ਦੇ 6 ਪਰਿਵਾਰਕ ਮੈਂਬਰਾਂ ਦੀ ਰਿਪੋਰਟ ਵੀ ਸ਼ਨੀਵਾਰ ਨੂੰ ਪੋਜ਼ਿਟਿਵ ਆਈ ਸੀ। ਵਿਦੇਸ਼ ਤੋਂ ਪਰਤਿਆ ਬਲਦੇਵ ਸਿੰਘ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਹੋਲੇ ਮਹੱਲੇ 'ਚ ਵੀ ਸ਼ਾਮਿਲ ਹੋਇਆ ਸੀ। ਬਲਦੇਵ ਸਿੰਘ ਅਤੇ ਉਸਦੇ ਪਰਿਵਾਰ ਨੂੰ ਉਸਦੀ ਬਿਮਾਰੀ ਬਾਰੇ ਚੰਗੀ ਤਰ੍ਹਾਂ ਨਾਲ ਪਤਾ ਸੀ, ਪਰ ਉਹਨਾਂ ਨੇ ਇਹ ਗੱਲ ਲੁਕਾ ਕੇ ਰੱਖੀ। ਇਸ ਦੇ ਬਾਰੇ ਬਲਦੇਵ ਦੇ ਰਿਸ਼ਤੇਦਾਰਾਂ ਨਾਲ ਕੀਤੀ ਗੱਲਬਾਤ ਦਾ ਇੱਕ ਆਡੀਓ ਸੋਸ਼ਲ ਮੀਡੀਆ ਉੱਪਰ ਵਾਇਰਲ ਹੋ ਰਿਹਾ ਹੈ, ਜਿਸ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਹੋਲੇ ਮਹੱਲੇ ਤੋਂ ਇਲਾਵਾ ਬਲਦੇਵ ਸਿੰਘ ਕਿੱਥੇ ਕਿੱਥੇ ਗਿਆ ਸੀ। ਤੁਸੀਂ ਵੀ ਸੁਣੋ ਵਾਇਰਲ ਹੋ ਰਿਹਾ ਇਹ ਆਡੀਓ। ਹਾਂਜੀ ਹਾਂਜੀ ਕਰੋ ਜੀ ਗੱਲ। ਹਾਂਜੀ 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 ਉਹ ਜਿਹੜੇ ਪਠਲਾਵੇ ਡੈਥ ਹੋਈ ਹੈ ਜੀ, ਉਹ ਮੇਰਾ ਕਜ਼ਨ ਹੈ ਜਿਹੜਾ ਉੱਥੇ ਦਾ ਸਰਪੰਚ ਹੈ, ਮੇਰੀ ਭੂਆ ਜੀ ਦਾ ਬੇਟਾ। ਤੇ ਐਕਚੁਅਲੀ ਮੈਂ ਦੱਸਣਾ ਚਾਹੁੰਦਾ ਸੀ ਕਿ ਉਹ ਬਜ਼ੁਰਗਾਂ ਨੂੰ ਸਾਰਾ ਕੁਛ ਪਤਾ ਸੀ, ਉਹਨਾਂ ਨੇ ਆਪਣੇ ਫੈਮਿਲੀ ਨੂੰ ਵੀ ਦੱਸਿਆ ਸੀ ਕਿ ਤੁਸੀਂ ਕਿਸੇ ਨਾਲ ਗੱਲ ਨਹੀਂ ਕਰਨੀ ਕਿ ਮੈਨੂੰ ਇਹ ਪ੍ਰੋਬਲਮ ਹੈ ਜੀ। 6-7 ਤਰੀਕ ਦੇ ਆਸ ਪਾਸ ਉਹ ਇਟਲੀ ਤੋਂ ਆਉਂਦੇ ਨੇ, ਉਸ ਤੋਂ ਬਾਅਦ ਇੱਕ ਦਿਨ ਰੈਸਟ ਕਰਕੇ ਉਹ ਉੱਥੇ ਚਲੇ ਜਾਂਦੇ ਨੇ ਅਨੰਦਪੁਰ ਸਾਹਿਬ, ਇਹ ਤੁਹਾਨੂੰ ਸਾਰਾ ਪਤਾ ਹੀ ਹੈ, ਮੈਂ ਦੱਸਣਾ ਨਹੀਂ ਚਾਹੁੰਦਾ। 3 ਦਿਨ ਰਹਿ ਕੇ ਉਹ ਫਿਰ ਵਾਪਸ ਆਉਂਦੇ ਨੇ, ਤੇ ਮੇਰੇ ਕਜ਼ਨ ਦੇ ਘਰ ਹੀ ਸੁਖਮੀ ਸਾਹਿਬ ਦਾ ਪਾਠ ਸੀ, ਉੱਥੇ ਵੀ ਜਾਂਦੇ ਨੇ, ਉੱਥੇ ਜਾ ਕੇ ਮਤਲਬ ਕੀਰਤਨ ਕਰਦੇ ਨੇ। ਥੋੜੀ ਦੇਰ ਉੱਥੇ ਰਹਿਣ ਤੋਂ ਬਾਅਦ ਫਿਰ ਜਾਟਲੇ ਦੇ ਕੋਲ ਇੱਕ ਮਹਿਤਪੁਰ ਪਿੰਡ ਹੈ, ਇਹ ਤਾਂ ਅੱਜ ਕਿਸੇ ਨੂੰ ਪਤਾ ਹੀ ਨਹੀਂ ਭਾਜੀ। ਫਿਰ ਉਹ ਤਿੰਨੇ ਬਾਬਾ ਜੀ ਉਹ ਬੰਦੇ ਉੱਥੇ ਜਾਂਦੇ ਨੇ, ਉੱਥੇ ਵੀ ਗੁਰਦੁਆਰਾ ਹੋਸਪਿਟਲ ਹੈ, ਉੱਥੇ ਵੀ ਉਸ ਦਿਨ ਪ੍ਰੋਗਰਾਮ ਸੀ, ਤੇ ਉੱਥੇ ਜਾਂਦੇ ਨੇ, ਉੱਥੇ ਥੋੜੀ ਦੇਰ ਰਹਿ ਕੇ ਫਿਰ ਆਉਂਦੇ ਨੇ, ਤੇ ਫਿਰ ਉਹਨਾਂ ਦੀ ਡੈਥ ਹੁੰਦੀ ਹੈ। ਤੇ ਤੁਸੀਂ ਇਹ ਹਿਸਾਬ ਲਾ ਲਓ ਹੁਣ ਆਪਣੇ ਬੰਦਿਆਂ ਦਾ, ਪਿੰਡਾਂ ਦੇ ਵਿੱਚ, ਕਿ ਉਹ ਬਜ਼ੁਰਗਾਂ ਨੂੰ ਖੁਦ ਪਤਾ ਸੀ ਕਿ ਮੈਨੂੰ ਇਹ ਪ੍ਰੋਬਲਮ ਹੈ, ਉਹਨਾਂ ਦੀ ਫੈਮਿਲੀ ਨੂੰ ਵੀ ਪਤਾ ਸੀ ਕਿ ਮੈਨੂੰ ਇਹ ਪ੍ਰੋਬਲਮ ਹੈ, ਤੇ ਫਿਰ ਵੀ ਉਹਨਾਂ ਨੇ ਕਿਹਾ ਕਿ ਕਿਸੇ ਨੂੰ ਦੱਸਿਓ ਨਾ। ਹੁਣ ਜਿੰਨੇ ਵੀ ਨਵਾਂ ਸ਼ਹਿਰ ਦੇ ਵਿੱਚ ਕੇਸ ਹੋਏ ਨੇ ਰਿਲੇਟਡ ਨੇ ਇਹਦੇ ਬਾਰੇ, ਇਹਦੇ ਮਤਲਬ ਇਹ ਬਿਮਾਰੀ ਦੇ ਨਾਲ ਨਾਲ, ਉਹ ਸਾਰੇ ਇਹਨਾਂ ਬਜ਼ੁਰਗਾਂ ਕਰਕੇ ਹੀ ਹੋਏ ਨੇ। ਤਕਰੀਬਨ ਸਾਰੇ ਪਿੰਡ ਦੇ ਵਿੱਚ ਇਹ ਪ੍ਰੋਬਲਮ ਹੋ ਸਕਦੀ ਹੈ। ਮੇਰੀ ਫੈਮਿਲੀ ਔਰ ਸਰਪੰਚ, ਮੇਰਾ ਕਜ਼ਨ ਹੈ, ਉਹ ਵੀ ਕੱਲ ਪੋਜ਼ਿਟਿਵ ਪਾਇਆ ਗਿਆ। ਉਹਨਾਂ ਦੀ ਫੈਮਿਲੀ ਦੇ 6-7 ਬੰਦੇ ਨੇ। ਉਹਨਾਂ ਦਾ ਵੱਡਾ ਕਜ਼ਨ ਹੈ ਇੱਕ ਮੇਰਾ, ਉਹ ਵੀ ਇੱਥੋਂ ਦੁਬਈ ਤੋਂ ਆਪਣੀ ਫੈਮਿਲੀ ਦੇ ਨਾਲ ਇੰਡੀਆ ਗਿਆ ਹੋਇਆ ਹੈ, ਉਹ ਵੀ ਘਰ ਬੰਦ ਹੈ ਹੁਣ ਜੀ। ਤੁਸੀਂ ਇਹ ਜ਼ਰੂਰ ਦੱਸਿਓ ਕਿ ਇਸ ਵੇਲੇ ਜਿਹੜੀ ਉੱਥੇ ਜਾਂਚ ਪੜਤਾਲ ਹੋ ਰਹੀ ਹੈ, ਕੀ ਪਿੰਡ ਦੇ ਵਿੱਚੋਂ ਕਿਸੇ ਨੂੰ ਬਾਹਰ ਜਾਣ ਦਿੱਤਾ ਜਾ ਰਿਹਾ ਜਾਂ ਨਹੀਂ, ਜਾਂ ਪਿੰਡ ਦੇ ਵਿੱਚ ਮਾਹੌਲ ਕੀ ਹੈ ਇਸ ਵੇਲੇ? ਨਹੀਂ ਜੀ ਨਹੀਂ, ਬਿਲਕੁਲ ਬਲੌਕ ਹੈ ਜੀ। ਨਹੀਂ ਜੀ ਬਿਲਕੁਲ ਬਲੌਕ ਹੈ, ਕੋਈ ਪਿੰਡ ਦੇ ਅੰਦਰ ਨਹੀਂ ਜਾ ਸਕਦਾ, ਪਿੰਡ ਚੋਂ ਕੋਈ ਬਾਹਰ ਨਹੀਂ ਆ ਸਕਦਾ, ਬਿਲਕੁਲ ਬਲੌਕ ਹੈ, ਸਾਰੇ ਬੰਦ ਕੀਤੇ ਹੋਏ ਨੇ ਰਸਤੇ ਪਿੰਡ ਦੇ ਜੀ। ਤੇ ਨਾਲ ਦੀ ਨਾਲ ਇਹ ਜ਼ਰੂਰ ਸੁਨੇਹਾ ਲਾ ਦਿਓ ਬਾਕੀ ਪੰਜਾਬ ਦੇ ਲੋਕਾਂ ਨੂੰ, ਅਜੇ ਵੀ ਕਈਆਂ ਦੇ ਮਨ ਦੇ ਵਿੱਚ ਇਹ ਹੋਏਗਾ ਕਿ ਕੋਈ ਗੱਲ ਨਹੀਂ, ਹਲਕੀ ਜੀ ਖੰਘ ਹੀ ਹੈ, ਹਲਕੀ ਜੀ ਛਾਤੀ 'ਚ ਦਰਦੀ ਹੁੰਦੀ ਹੈ, ਹਲਕਾ ਬੁਖਾਰ ਹੀ ਹੈ, ਮੈਂ ਤਾਂ ਠੀਕ ਹਾਂ। ਤੁਸੀਂ ਆਪਣੇ ਪਿੰਡ ਦੇ ਤਜਰਬੇ ਦੇ ਹਿਸਾਬ ਦੇ ਨਾਲ ਬਾਕੀ ਪੰਜਾਬ ਦੇ ਲੋਕਾਂ ਨੂੰ ਸੁਨੇਹਾ ਲਾਓ। ਹਾਂਜੀ ਹਾਂਜੀ, ਹੁਣ ਤੁਸੀਂ ਦੇਖਦੇ ਹੀ ਆ, ਟਿਕਟੋਕ ਬਣਾ ਰਹੇ, ਜਿੱਦਾਂ ਭਾਜੀ ਹੁਣਾਂ ਨੇ ਪਹਿਲਾਂ ਕਿਹਾ, 2-3 ਦਿਨ ਪਹਿਲਾਂ ਇੱਕ ਸਰਦਾਰ ਮੁੰਡੇ ਦੀ ਵੀਡੀਓ ਆਈ ਸੀ, ਮੈਨੂੰ ਇਹ ਪ੍ਰੋਬਲਮ ਆਈ ਹੈ, ਮਿਲਦੇ ਆ ਬਾਅਦ ਵਿੱਚ। ਕਿੰਨੀ ਸ਼ਰਮ ਦੀ ਲੋਕ ਇੱਥੇ ਦੁਬਈ ਦੇ ਵਿੱਚ, ਭਾਜੀ ਮੈਂ ਤੁਹਾਨੂੰ ਪਹਿਲਾਂ ਵੀ ਇੱਕ ਦਿਨ ਮੈਸੇਜ ਦਿੱਤਾ ਸੀ ਕਿ ਸਾਰੀਆਂ ਮੌਸਕ ਬੰਦ ਨੇ ਜੀ, ਕੋਈ ਫਰਾਈਡੇ ਦੀ ਵੀ ਨਮਾਜ਼ ਇੱਥੇ ਨਹੀਂ ਹੋ ਰਹੀ, ਲੇਕਿਨ ਆਪਣੇ ਬੰਦੇ ਫਿਰ ਵੀ ਨਹੀਂ ਹਟਦੇ, ਗੁਰਦੁਆਰੇ ਕਿਉਂ ਨਹੀਂ ਬੰਦ ਕੀਤੇ ਜਾ ਰਹੇ? ਮੇਨ ਪ੍ਰੋਬਲਮ ਇੱਥੋਂ ਆ ਰਹੀ ਹੈ, ਲੋਕਾਂ ਨੂੰ ਇਹੀ ਕਿਹਾ ਜਾ ਰਿਹਾ ਕਿ ਘਰਾਂ ਦੇ ਵਿੱਚ ਰਹੋ, ਲੇਕਿਨ ਲੋਕ ਫਿਰ ਨਹੀਂ ਸਮਝ ਰਹੇ, ਪਤਾ ਨਹੀਂ ਆਪਣੇ ਪਿੰਡਾਂ ਦੇ ਲੋਕਾਂ ਨੂੰ ਕਿੱਦਾਂ ਸਮਝ ਆਣੀ ਹੈ, ਕਦੋਂ ਆਣੀ ਹੈ, ਕੋਈ ਸਮਝ ਨਹੀਂ ਆ ਰਹੀ ਹੁਣ ਇਸ ਟਾਈਮ। ਧੰਨਵਾਦ ਜੀ ਜੱਸਾ ਸਿੰਘ ਜੀ ਤੁਹਾਡੀ ਇਸ ਜਾਣਕਾਰੀ ਵਾਸਤੇ। ਆਡੀਓ ਸੁਣ ਲਈ, ਕਿਵੇਂ ਬਲਦੇਵ ਦੀ ਲਾਪਰਵਾਹੀ ਦੀ ਗੱਲ ਸਾਫ਼ ਦੱਸੀ ਜਾ ਰਹੀ ਹੈ, ਹਾਲਾਂਕਿ ਪੰਜਾਬੀ ਸਰਗਰਮੀਆਂ ਇਸ ਆਡੀਓ ਦੀ ਸੱਚਾਈ ਦੀ ਪੁਸ਼ਟੀ ਨਹੀਂ ਕਰਦਾ। ਬਿਊਰੋ ਰਿਪੋਰਟ, ਪੰਜਾਬੀ ਸਰਗਰਮੀਆਂ।